ਮੈਨੂੰ ਲੱਗਦਾ ਕਿ ਇਹਦੇ ਨਾਲ ਇਸ ਏਰੀਏ ਦੇ ਵਿੱਚ ਜਿਹੜਾ ਆ ਉਹ ਸ਼ਾਂਤੀ ਵੀ ਵਧੂਗੀ ਔਰ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸੰਗਤ ਹੈਗੀ ਆ ਉਹਨਾਂ ਨੂੰ ਵੀ ਦੁਬਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲੂਗਾ। ਅੱਜ ਉਹਦੀ ਡਿਸਕਸ਼ਨ ਹੋਊਗੀ ਕੈਬਨਿਟ ਦੇ ਵਿੱਚ ਕਿਉਂਕਿ ਉਹਦੇ ਕਈ ਪਹਿਲੂ ਹੈਗੇ ਆ ਜਿਹੜੇ ਕਿ ਇੱਕ ਪਿਛਲੀ ਕੈਬਨਿਟ ਦੇ ਵਿੱਚ ਵੀ ਵਿਚਾਰੇ ਗਏ ਸੀ ਔਰ ਉਹਦੇ ਵਿੱਚ ਕਈ ਐਂਗਲ ਹੈਗੇ ਆ ਜਿਹਦੇ ਲੇਕਿਨ ਇਹ ਬੜਾ ਕਲੀਅਰ ਕੱਟ ਹੈਗਾ ਕਿ ਪੰਜਾਬ ਦੇ ਯੂਥ ਨੂੰ ਜਿਹੜਾ ਆ ਨੌਕਰੀਆਂ ਦਾ ਵੱਧ ਮੌਕਾ ਜਿਹੜਾ ਉਹ ਮਿਲਣਾ ਚਾਹੀਦਾ। ਦੇਖੋ ਜਿਹੜਾ ਅੱਜ ਅਸੀਂ ਕੌਮੀ ਪ੍ਰੈਸ ਦਿਵਸ ਮਨਾ ਰਹੇ ਹਾਂ ਉਹਦੇ ਵਿੱਚ ਮੈਂ ਜਿੱਥੇ ਜਿਹੜੀ ਚੰਡੀਗੜ੍ਹ ਜਰਨਲਿਸਟ ਅਤੇ ਪੰਜਾਬ ਜਰਨਲਿਸਟ ਯੂਨੀਅਨ ਹੈ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪੰਜਾਬੀਅਤ ਲਈ ਹਮੇਸ਼ਾ ਇਹਨਾਂ ਦੀਆਂ ਜਿਹੜੀਆਂ ਮੈਂ ਸਮਝਦਾ ਵੀ ਹੁੱਜਾਂ ਮਾਰੀਆਂ ਹੋਈਆਂ ਸਰਕਾਰ ਨੂੰ ਉਹ ਕੰਮ ਆਉਂਦੀਆਂ ਰਹਿੰਦੀਆਂ ਕਿਉਂਕਿ ਜਿਹੜਾ ਅਸੀਂ ਖਾਸ ਕਰਕੇ ਜਿਹੜਾ ਭਾਸ਼ਾ ਐਕਟ ਦੇ ਵਿੱਚ ਅਮੈਂਡਮੈਂਟਸ ਲਿਆਉਂਦੀਆਂ ਹੈਗੀਆਂ ਉਹਦੀ ਇੰਪਲੀਮੈਂਟੇਸ਼ਨ ਲਈ ਅਸੀਂ ਕਮਿਸ਼ਨ ਬਣਾਉਣ ਜਾ ਰਹੇ ਹਾਂ ਉਹਦੀ ਰੂਪ ਰੇਖਾ ਤੈਅ ਕਰਕੇ ਔਰ ਸਿਰਫ ਉਹ ਕਮਿਸ਼ਨ ਹੀ ਨਾ ਰਹਿ ਜਾਵੇ ਕਈ ਵਾਰੀ ਕਈ ਅਥਾਰਟੀਜ਼ ਜਾਂ ਕਈ ਕਮਿਸ਼ਨ ਜਿਹੜੇ ਆ ਉਹਨੂੰ ਅਸੀਂ ਉਸ ਤਹਿ ਤੱਕ ਲਿਜਾਣਾ ਚਾਹੁੰਦੇ ਹਾਂ ਜਿੱਥੇ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਉਹਦੀ ਅਸੀਂ ਉਹਨੂੰ ਇੰਪਲੀਮੈਂਟ ਕਰ ਸਕੀਏ। ਸਰ ਕਿੰਨੀ ਕੁ ਦੇਰ 'ਚ ਬਣ ਜੂਗਾ ਕਮਿਸ਼ਨ? ਇਹ ਬੇਸਿਕਲੀ ਇਹਦੇ 'ਤੇ ਕੰਮ ਹੋ ਰਿਹਾ ਹੈਗਾ ਔਰ ਮੈਂ ਜਲਦੀ ਹੀ ਇਹਨੂੰ ਇਹਦਾ ਅਮਲੀ ਜਾਮਾ ਪਹਿਨਾ ਕੇ ਜੋ ਜੋ ਇਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਕੀਤਾ ਜਾ ਸਕਦਾ ਔਰ ਜਿਹੜੇ ਜਿਹੜਾ ਖਾਸ ਕਰਕੇ ਲਾਇਬ੍ਰੇਰੀ ਐਕਟ ਆ ਚਾਹੇ ਉਹਦੀ ਸਾਨੂੰ ਆਰਡੀਨੈਂਸ ਕਰਾਉਣਾ ਪੈ ਜਾਵੇ ਕਿਉਂਕਿ ਲਾਇਬ੍ਰੇਰੀਆਂ ਦਾ ਕਲਚਰ ਜਿਹੜਾ ਉਹ ਖਤਮ ਨਹੀਂ ਹੋਣਾ ਚਾਹੀਦਾ ਕਿਉਂਕਿ 21 ਭਾਸ਼ਾ ਅਫਸਰ ਹੀ 21 ਜ਼ਿਲ੍ਹਿਆਂ 'ਚ ਨਹੀਂ ਸੀਗੇ। ਅਸੀਂ ਇਹ ਕਿੱਦਾਂ ਸੋਚ ਸਕਦੇ ਹਾਂ ਕਿ ਪੰਜਾਬੀ ਦਾ ਜਿਹੜਾ ਪਸਾਰ ਆ ਉਹ ਹਰ ਉਸ ਪੱਧਰ 'ਤੇ ਹੋ ਸਕਦਾ ਜੇ 21 ਭਾਸ਼ਾ ਅਫਸਰ 21 ਜ਼ਿਲ੍ਹਿਆਂ ਦੇ ਵਿੱਚ ਨਹੀਂ ਹੈਗੇ? ਉਹ ਅੱਜ ਹੀ ਅਸੀਂ ਲਾਏ ਆ ਔਰ ਉਹ ਜਾ ਕੇ ਹੁਣ ਉਹਨਾਂ ਅਫਸਰਾਂ ਉਹਨਾਂ ਦਫ਼ਤਰਾਂ ਦੇ ਵਿੱਚ ਆਪਣਾ ਜਿਹੜਾ ਉਹ ਠੀਕ ਠਾਕ ਕਰਨਗੇ। ਲੇਕਿਨ ਇਹਦੇ 'ਤੇ ਕੰਮ ਕਰਨ ਦੀ ਬਹੁਤ ਜ਼ਰੂਰਤ ਆ ਕਿਉਂਕਿ ਭਾਸ਼ਾ ਵਿਭਾਗ ਦੇ ਵਿੱਚ 300 ਸਾਲ ਪੁਰਾਣੇ ਖਰੜੇ ਵੀ ਪਏ ਆ ਜਿਨ੍ਹਾਂ ਦੀ ਪ੍ਰਿੰਟਿੰਗ ਨਹੀਂ ਹੋਈ ਔਰ ਉਹਨਾਂ ਦੀ ਪ੍ਰਿੰਟਿੰਗ ਕਰਾ ਕੇ ਰਾਜਰ ਉਹਨੂੰ ਡਿਜੀਟਲਾਈਜ਼ ਕਰਕੇ ਤਾਂ ਕਿ ਉਹ ਚੰਗਾ ਜਿਹੜਾ ਸਟੱਫ ਹੈ ਉਹ ਅਸੀਂ ਸਾਰੇ ਉਹਨਾਂ ਬੱਚਿਆਂ ਤੱਕ ਪਹੁੰਚਾਈਏ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਚੰਗਾ ਲਿਟਰੇਚਰ ਜਿਹੜਾ ਉਹ ਨਹੀਂ ਹੈਗਾ।